ਅੰਮ੍ਰਿਤਸਰ ਵਿੱਚ ਹੋ ਰਹੀ ਭਾਰੀ ਬਰਸਾਤ ਜਿੱਥੇ ਆਮ ਲੋਕਾਂ ਲਈ ਸੁੱਖ ਦਾ ਸਾਹ ਲੈ ਕੇ ਆਈ ਹੈ ਅਤੇ ਉਹਨਾਂ ਨੂੰ ਗਰਮੀ ਤੋਂ ਨਿਜਾਤ ਮਿਲੀ ਹੈ, ਉੱਥੇ ਹੀ ਗਰੀਬ ਲੋਕਾਂ 'ਤੇ ਇਹ ਬਰਸਾਤ ਕਹਿਰ ਬਣ ਕੇ ਟੁੱਟੀ ਹੈ। ਇਸ ਬਰਸਾਤ ਦੇ ਚੱਲਦਿਆਂ ਗਰੀਬ ਘਰਾਂ ਦੀਆਂ ਛੱਤਾਂ 'ਚ ਹੋ ਰਹੀਆਂ ਨੇ, ਕੱਚੇ ਕੋਠੇ ਡਿੱਗ ਰਹੇ ਨੇ ਅਤੇ ਅਜਿਹੀ ਹੀ ਇੱਕ ਘਟਨਾ ਅੰਮ੍ਰਿਤਸਰ ਦੇ ਪਿੰਡ ਮਾਹਲ ਵਿਖੇ ਵੀ ਸਾਹਮਣੇ ਆਈ ਹੈ, ਜਿੱਥੇ ਗਰੀਬ ਘਰ ਦੀ ਇੱਕ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਬਚਨ ਸਿੰਘ ਵਾਸੀ ਪਿੰਡ ਮਾਲ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਅੱਜ ਸਵੇਰੇ 7:30 ਦੇ ਕਰੀਬ ਉਹਨਾਂ ਦੇ ਘਰ ਦੀ ਛੱਤ ਡਿੱਗ ਪਈ, ਜਿਸ ਦੇ ਚੱਲਦਿਆਂ ਉਹਨਾਂ ਦੇ ਘਰੇਲੂ ਵਰਤੋਂ ਦਾ ਸਮਾਨ ਵੀ ਮਲਬੇ ਦੇ ਹੇਠਾਂ ਆ ਕੇ ਪੂਰੀ ਤਰ੍ਹਾਂ ਦੇ ਨਾਲ ਚਕਨਾਚੂਰ ਹੋ ਗਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਕੁੱਲ 10 ਮੈਂਬਰ ਹਨ, ਜਿਨ੍ਹਾਂ ਵਿੱਚੋਂ 5 ਬੱਚੇ ਹਨ ਅਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ। ਉਹਨਾਂ ਦੱਸਿਆ ਕਿ ਛੱਤ ਦੇ ਡਿੱਗ ਜਾਣ ਕਾਰਨ ਉਹਨਾਂ ਦੀ ਤਾਂ ਜਿਵੇਂ ਕਮਰ ਹੀ ਟੁੱਟ ਗਈ ਹੈ, ਉਹਨਾਂ ਕੋਲ ਹੁਣ ਸਿਰ ਛੁਪਾਉਣ ਜੋਗੀ ਵੀ ਜਗ੍ਹਾ ਨਹੀਂ ਰਹੀ। ਉਹਨਾਂ ਸਰਕਾਰ ਅਤੇ ਸਮਾਜ ਸੇਵੀ ਸੁਸਾਇਟੀਆਂ ਨੂੰ ਉਹਨਾਂ ਦੀ ਮਦਦ ਕਰਨ ਲਈ ਗੁਹਾਰ ਲਗਾਈ ਹੈ। ਬਚਨ ਸਿੰਘ ਨੇ ਕਿਹਾ ਕਿ ਉਹਨਾਂ ਦੀ ਲੋਕਾਂ ਨੂੰ ਅਪੀਲ ਹੈ ਕਿ ਉਹਨਾਂ ਦੇ ਪਰਿਵਾਰ ਦੀ ਮਦਦ ਕਰਨ ਤਾਂ ਜੋ ਆਪਣੇ ਬੱਚਿਆਂ ਲਈ ਛੱਤ ਦਾ ਪ੍ਰਬੰਧ ਕਰ ਸਕਣ। ਹਾਂਜੀ, ਇਹ ਘਟਨਾ ਜੀ ਸਵੇਰੇ ਬਾਰਿਸ਼ ਹੋਈ ਹੈ, ਬਾਰਿਸ਼ ਹੋਈ ਅਤੇ ਜਦੋਂ ਦੋ ਕੁ ਦਾ ਟਾਈਮ ਇਹਨਾਂ ਦੀ ਜਿਹੜੀ ਨੋ ਮਤਲਬ ਇਹਨਾਂ ਦੀ ਠੀਕ ਨਹੀਂ ਸੀ, ਉਹਦੀ ਮਾਂ ਦੀ ਅਤੇ ਬੱਚੇ ਲੈ ਕੇ ਜੇ ਨਿਕਲੀ ਆ ਅਤੇ ਇਹ ਆਹ ਘਟਨਾ ਹੋ ਗਈ ਆ। ਮਹਾਰਾਜ ਇਹੋ ਮੰਗ ਕਰਦੇ ਵੀ ਇਹਨਾਂ ਦੇ ਗਰੀਬਾਂ ਦੀ ਮਦਦ, ਇਹਨਾਂ ਦੇ ਜਿਹੜੇ ਕਮਰੇ ਬਣ ਜਾਣ ਅਤੇ ਬੱਚੇ ਲੈ ਕੇ ਬਹਿ ਜਾਣ ਵਿੱਚ। ਹਾਂਜੀ, ਇਹ ਗੱਲ ਹੈ ਜੀ। ਇਹ 10 ਪਰਿਵਾਰ ਹੈ ਜੀ, ਘਰ ਦੇ ਵਿੱਚ ਜੀ ਸਾਰੇ ਮੈਂਬਰ 10 ਕਾਰੋਬਾਰ ਇਹੋ ਮਿਹਨਤ ਮਜ਼ਦੂਰੀ ਜੀ ਮਿਲ ਗਈ ਅਤੇ ਕਰ ਲਈ, ਨਹੀਂ ਤਾਂ ਘਰ ਬੈਠੇ ਨਹੀਂ ਤਾਂ ਹੁਣ ਤਾਂ ਇਹੋ ਹੀ ਆ। ਜੇ ਇੱਕ ਤਾਂ ਕੰਮ ਮਿਲ ਗਿਆ ਨਹੀਂ, ਇੱਕ ਨੂੰ ਮਿਲ ਗਿਆ 2 ਘਰ, ਦੋਵਾਂ ਨੂੰ ਮਿਲ ਗਿਆ ਇੱਕ ਘਰ, ਇਹੋ ਕੰਮ ਹੈ ਜੀ ਇਹਨਾਂ ਦਾ। ਹਾਂਜੀ ਮਹਾਰਾਜ, ਹੁਣ ਨੌਕਰੀ ਤਾਂ ਕਿਸੇ ਨੂੰ, ਸਾਡਾ ਜਿੰਨਾ ਵੀ ਇੱਥੇ ਪਰਿਵਾਰ ਆ ਇੰਨਾ ਛੱਠੀ, ਕਿਸੇ ਨੂੰ ਨੌਕਰੀ ਕਿਸੇ ਤਾਂ ਵੀ ਭਾਵੇਂ ਕਿਸੇ ਕੋ ਹੋਵੇ, ਨਹੀਂ ਤਾਂ ਬਸ ਇਹੋ ਹੀ ਆ, ਬਸ ਕੋਈ ਨਹੀਂ ਕਿਸੇ ਨੂੰ ਨੌਕਰੀ ਨਹੀਂ ਮਿਲੀ। ਸਮਾਨ ਦੇ ਫਰਿੱਜ ਫਰੁੱਜ ਸੀ, ਟੀਵੀ ਟਾਵੀ ਸੀ, 2 ਪੱਖੇ ਪੁੱਖੇ ਸੀ, ਆਪਣਾ ਬੈੱਡ ਸੀ, ਟੁੱਟ ਟੱਟ ਗਿਆ ਜੀ ਸਾਰਾ ਜੋ ਸਮਾਨ ਸੀ, ਖਾਣ ਪੀਣ ਵਾਲੀ ਵਸਤੂ ਜਿਹੜੀ ਸੀ ਉਹ ਵੀ ਸਾਰੀ ਜੀ ਥੱਲੇ ਆ ਗਈ। ਇਹ ਬਾਰਿਸ਼ ਦੇ ਨਾਲ ਹੀ ਹੋਇਆ ਜੀ ਸਾਰਾ, ਅਤੇ ਦੂਸਰਾ ਜਿਹੜਾ ਮਗਰਲੇ ਪਾਸੇ ਉਹਨੇ ਬਣਾਇਆ ਨਾ, ਉੱਧਰੋਂ ਪਾਣੀ ਉੱਤੇ ਜਾ ਕੇ ਵੇਖੋ, ਉੱਧਰੋਂ ਹੀ ਪਾਣੀ ਖਲੋਤਾ ਅਤੇ ਉੱਧਰੋਂ ਥੱਲੇ ਪਾਣੀ ਆਉਣ ਡਿਆ। ਬਾਰਿਸ਼ ਦੀ ਵਜ੍ਹਾ ਨਾਲ ਹੀ ਹੋਇਆ ਸਾਰਾ। ਹਾਂਜੀ, ਉਹ ਵੀ ਬੰਦ ਨੁਕਸਾਨ ਪਹੁੰਚਿਆ। ਹਾਂਜੀ ਹਾਂਜੀ ਹਾਂਜੀ, ਉਹ ਵੀ ਡਿੱਗਣ ਵਾਲੀ ਆ ਜੀ, ਆਹ ਬਰਾਂਡਾ ਆ ਵੀ ਡਿੱਗਣ ਵਾਲਾ। ਜਦੋਂ ਇਹ ਛੱਤ ਡਿੱਗੀ ਉਦੋਂ ਕਿੱਥੇ ਸੀਗੇ ਪਰਿਵਾਰ? ਉਹ ਉਦੋਂ ਅਸੀਂ ਇੱਥੇ ਹਾਂ ਜੀ, ਬਰਾਂਡੇ ਦੇ ਵਿੱਚ। ਹਾਂਜੀ, ਅਤੇ ਕੋਈ ਇਹੋ ਜਿਹਾ ਅਤੇ ਫਿਰ ਅਸੀਂ ਫਟਾਫਟ, ਨਹੀਂ ਜੀ ਮਹਾਰਾਜ ਦੀ ਕਿਰਪਾ, ਜਾਨੀ ਨੁਕਸਾਨ ਨਹੀਂ ਹੋਇਆ, ਫਿਰ ਅਸੀਂ ਫਟਾਫਟ ਬਾਹਰ ਨਿਕਲ ਗਏ ਹਾਂ। 10 ਬੱਚੇ, 5 ਬੱਚੇ ਆ ਜੀ, 4 ਕੁੜੀਆਂ ਆ ਛੋਟੀਆਂ ਪੋਤਰੀਆਂ ਅਤੇ 1 ਮੁੰਡਾ ਆ, ਅਤੇ 5 ਜੀ ਅਸੀਂ ਇਹਦੇ ਵਿੱਚ। ਮੰਗ ਇਹੋ ਕਰਦੇ ਹਾਂ ਜੀ, ਸਾਡੀ ਮਦਦ ਕੀਤੀ ਜਾਵੇ ਅਤੇ ਸਾਡਾ ਸਾਥ ਦਿੱਤਾ ਜਾਵੇ।